ਉਗੀਰਾ ਮੈਂ ਫੇਰ ਐਵੇਂ ਨਹੀਂ ਕਰਦਾਂ ਨਾ ਸਟ੍ਰੀਮ ਚਲੋ ਵੀ ਮੈਂ ਸਟੋਰੀ ਸਟੋਰੀ ਪਾਦਾ ਹੁਣ ਡਿਸਕੋਰਡ ਕੱਟ ਦੇਣਾ ਹੈ ਕੱਟਨੇ ਪੈਣਾ ਕਿਵੇਂ ਉਹ ਫੇਰ ਉੱਚ ਵੀ ਜਾਣੀ ਬਾਅਦ ਇੱਥੇ ਵੀ ਜਾਣੀ ਹੈ ਤੇ ਲੋੜ ਹੀ ਨਹੀਂ ਮੈਂ ਉੱਧਰ ਸੌਂਦਾ ਨਹੀਂ ਕਾਟਜੋਨਿਕ ਕਰੀਏ ਨਾ ਮਲਟੀਪਲੇਅਰ ਚੈੱਕ ਐਸ ਜੀ ਮੈਂ ਮਿਊਟ ਕਰ ਲਉਂ ਉਧਰੋਂ ਚੱਲੀ ਜਾਂਦੇ ਕੋਈ 707 ਤਿਆਂ ਦੀ ਵਰਤਰੀ ਅੱਜ ਮੈਨੂੰ ਲੱਗਦਾ ਚੱਲ ਸਕਦੀ ਐ ਐਫਐਸ 19 ਮਲਟੀਪਲੇਅਰ ਸਟੀਮ ਖੋਲ ਤਾਂ ਹੂੰ ਪਹਿਲਾਂ ਚੱਲਦਾ ਹੀ ਨਹੀਂ ਸੀ ਅੱਛਾ ਆਜੋ ਮੁੰਡੇ ਲਾਈਵ ਆਪਾਂ ਕਰ ਲੱਗੇ ਐਫਐਸ 19 ਤੇ ਆ ਸਕੋਰ ਦਾ ਲਿੰਕ ਮਿਲ ਜੂਗਾ ਲਾਈਵ ਵਿੱਚ ਤੁਹਾਨੂੰ ਇਹਦੇ ਵਿੱਚ ਸਾਈਜ਼ ਸਿਰਫ 50MB ਹੋਗਾ ਆਜੋ ਫਿਰ ਲਾਈਵ ਪਾਤੀ ਸਟੋਰੀ ਸਟੋਰੀ ਦੀ ਆਵਾਜ਼ ਹੀ ਨਹੀਂ ਆਈ ਆਇਦਰਾ ਮਿਊਟ ਕਰਕੇ ਯਾ ਤਰਾਵਾ ਆਵਾਜ਼ ਤੇ ਆਵੇ ਨਾ ਹੋ ਹੋਈ ਮੈਂ ਆਪਾਂ ਕਰ ਲੱਗੇ ਐਮਐਸ 19 ਲਾਈਵ ਤੇ ਆਜੋ ਫਿਰ ਨਾਲੇ ਸਕੋਡ ਦਾ ਲਿੰਕ ਲੈ ਲਓ ਜਰਾ ਬਲਜਿੰਦਰ ਮਾਨ ਜੀ ਦਾ ਵਾ ਤੋ ਹੈ ਨਹੀਂ ਆਈ ਆਵਾਜ਼ ਰੁਕ ਜਾ ਮੁੰਡੇ ਆ ਜਾ ਫਿਰ ਲਾਈਵ ਨਾਲੇ ਸਕੋਰਡ ਦਾ ਲਿੰਕ ਲੈ ਲੋ ਜਿਹੜਾ ਸਿੰਪਲ ਲੁੱਕ ਚ ਤਿਆਰ ਕੀਤਾ ਹੈਲੋ ਮੁੰਡਿਓ ਕੀ ਹਾਲ ਚਾਲਾ ਫਿਰੇ ਅੱਜ ਮੈਂ ਆ ਗਿਆ ਫਿਰ ਇੱਕ ਨਵੇਂ ਲਾਈਵ ਦੇ ਨਾਲ ਨਾਲ ਤੁਹਾਨੂੰ ਲਿੰਕ ਮਿਲੂਗਾ ਇੱਥੇ 64 ਡ੍ਰੈਕਟਰ ਦਾ ਜਿਹੜਾ ਬਿਲਕੁਲ ਹੀ ਸਿੰਪਲ ਲੁੱਕ ਚ ਤਿਆਰ ਕੀਤਾ ਮੈਂ ਮਤਲਬ ਕਿ ਓਕੇ ਇਹਦਾ ਡ੍ਰੈਕਟਰ ਸੀ ਬਲਜਿਤ ਨਮਾਣ ਹੁੰਦਾ ਤੇ ਉਹਨਾਂ ਨੇ ਮੈਨੂੰ ਕਿਹੇ ਤਿਆਰ ਕਰ ਲਈ ਫਿਰ ਮੈਂ ਕੀਤਾ ਤੇ ਇਜ਼ੀ ਸੀ ਤਾਂ ਹੁਣ ਤੁਹਾਨੂੰ ਵੀ ਲਿੰਕ ਦੇ ਦਿੱਤੀ ਇਹਦਾ ਕਿਉਂਕਿ ਉਹਨਾਂ F S 19 ਜਿੱਤੇ ਜਿਹੜੇ ਮੇਰੇ ਕੋ ਪਏ ਮਾਡਲ ਦੇ ਲਿੰਕ ਮੈਂ ਦੇ ਦੇਣੀ ਆਲਮੋਸਟ ਸਾਰਿਆਂ ਦੇ ਆਹ ਖੜੇ ਦੋਵੇਂ ਟਰੈਕਟਰ ਆਹ ਖੜੇ ਸਵਰਾਜ ਜੇ ਤੁਹਾਨੂੰ ਲਿੰਕ ਦਿੱਤਾ ਤੇ ਉਹ ਖੜੇ ਸਕਾਟ ਇਹਦਾ ਲਿੰਕ ਵੀ ਕਮੈਂਟਾਂ ਚ ਮੈਂ ਪਿੰਨ ਕਰ ਦਾਂਗਾ ਤੇ ਐਫਐਸ20 ਚ ਤੁਸੀਂ ਆਪ ਕਨਵਰਟ ਕਰ ਲਿਆ ਕਿਉਂਕਿ ਇਹਦੇ ਟੈਕਸਚਰ ਥੋੜੇ ਹੀ ਆ ਤੇ ਹੈ ਵੀ ਦੋ ਤਿੰਨ ਫੋਲਡਰਾਂ ਚ ਹੀ ਆ ਸਾਰੇ ਟੈਕਸਚਰ ਤੇ ਤੁਸੀਂ ਆਪ ਵੀ ਕਨਵਰਟ ਕਰ ਸਕਦੇ ਜੇ ਲਿੰਕ ਮੈਂ ਕਮੈਂਟਾਂ ਚ ਪਿੰਨ ਕਰ ਦੇਣ ਲੱਗਾ ਤੇ ਕਰ ਲਿਓ ਫਿਰ ਡਾਊਨਲੋਡ ਲਾਈਵ ਸ਼ੋਟ ਹੀ ਹੋਊਗਾ ਕਿਉਂਕਿ ਮੈਂ ਪੱਠੇ ਵੀ ਲਿਵਾਉਣ ਜਾਣਾ ਵਾਂ ਤਾਂ ਕਰਕੇ ਮੈਨੂੰ ਲਾਈਵ ਛੇਤੀ ਮਕਾਉਣਾ ਪੈਣਾ ਤੇ ਮੋਰ ਦਾ ਸਾਈਜ਼ तकरीबन तकरीबन 50MB ਆ ਐਫਐਸ 19 ਵਾਲੇ ਤੇ ਐਫਐਸ 20 ਵਾਲੇ ਲਈ ਮੈਂ ਕਨਵਰਟ ਨਹੀਂ ਕੀਤਾ ਤੇ ਹੁਣ ਕੋਈ ਨਹੀਂ ਕਿਉਂਕਿ ਮੇਰੇ ਟੈਕਸਚਰ ਸਾਰੇ ਲੋਲ ਆਲਮੋਸਟ ਇੱਕੋ ਮੋੜ ਚ ਹੁੰਦੇ ਆ ਤੁਸੀਂ ਆਪ ਵੀ ਕਨਵਰਟ ਕਰ ਸਕਦੇ ਜੇ ਤੇ ਚਲੋ ਕਰਦੇ ਆਂ ਦਾ ਰਿਵਿਊ ਥੋੜਾ ਜਿਹਾ ਛੋਟਾ ਹੋ ਗੜੀ ਵੀ ਇਹ ਤਾਂ ਇਹ ਆਈ ਦੀ ਸ਼ੋ ਖੋਲਦੀ ਉਹ ਇਹ ਸ਼ੋ ਖੋਲਣ ਲਈ ਤੁਹਾਨੂੰ ਸਿੰਪਲ ਆਈਸੀ ਮੋਡ ਪਰ ਨਾ ਪੈਣਾ ਤੁਹਾਨੂੰ ਕਿਤੋਂ ਵੀ ਮਿਲ ਜਾਊਗਾ ਆ ਚੀਜ਼ ਹੈ ਤੇ ਇਹਦਾ ਬਾਅਦ ਮੋਡੀਫਾਈ ਕਰਕੇ ਲਿੰਕ ਆਊਗਾ ਮਤਲਬ ਪੂਰਾ ਵਧੀਆ ਮੋਡੀਫਾਈ ਕਰਾਂਗੇ ਇਹਨੂੰ ਮੈਂ ਤੇ ਇੱਥੇ ਕੋਈ ਵੀ ਹੁਡ ਕਨਫਿਗਰੇਸ਼ਨਸ ਨਹੀਂ ਹੈਗੀ ਕਿਉਂਕਿ ਫਿਰ ਆਹ ਜੂ ਚੀਜ਼ ਕਰਤੀ ਮੇਰੇ ਹੁਡ ਕਨਫਿਗਰੇਸ਼ਨਸ ਦੇਣ ਦੀ ਲੋੜ ਹੀ ਨਹੀਂ ਤੇ ਚਲੋ ਕਰਦੇ ਫਿਰ ਇਹਦੀ ਟੈਸਟਿੰਗ ਪਰਫਾਰਮੈਂਸ ਤੇ ਜੀ ਵਧੀਆ ਹੈ ਤਾਂ ਪਾਵਰ ਦੇ ਹਿਸਾਬ ਨਾਲ ਆਪਣੇ ਉਹ ਦਿਨ ਵੀ ਤੇ ਦੇਖੀਏ ਇਹਦੀ ਪਰਫਾਰਮੈਂਸ ਵੀਡੀਓ ਚ ਜਦੋਂ ਸੋਰਾਏ ਦਾ ਲਿੰਕ ਜਿਹਦੇ ਨਾਲ ਪਰਫਾਰਮੈਂਸ ਹੀ ਦਿਖਾਈ ਸੀ ਮੈਂ ਇਦੀ ਟੈਸਟਿੰਗ ਤੁਹਾਨੂੰ ਅੱਜ ਦਿਖਾਉਂਦੇ ਆਪਾਂ ਟਰਾਲੀ ਤੇ ਟਰਾਲੀ ਦੇਖਦੇ ਇੱਥੇ ਮੇਰੀ ਟਰਾਲੀ ਜਿਹੜੀ ਮੈਂ ਬਣਾਈ ਉਹ ਹੱਲੇ ਵੀ ਨਹੀਂ ਕਿੱਕਸਾਈ ਪਤਾ ਨਹੀਂ ਕੀ ਇਹਨੂੰ ਮੈਂ ਘੜਛੜਿਆ ਵਾ ਮੈਨੂੰ ਸਮਝ ਨਹੀਂ ਆਉਂਦੀ ਕੀ ਇਹਨੂੰ ਬਿਮਾਰੀ ਪਈ ਆ ਓਹ ਹਾਂ ਟਰਾਲੀ ਹੈ ਕਿੱਥੇ ਆ ਉਹ ਪਈ ਕਾ ਪਿਕਅਪ ਦੇਖ ਲਓ ਬਾਅਦ ਚ ਇਹ ਨਾ ਹੋਏ ਕਿ ਜੋੜ ਨਹੀਂ ਮਾਰਦਾ ਪਲਟੂਗਾ ਜ਼ਰੂਰ ਉਹ ਹੁਣ ਤੁਹਾਨੂੰ ਮੈਂ ਇੱਕ ਬੜੀ ਜਿਹੀ ਆ ਕਿ ਮੇਰੇ ਡਾਇਰੈਕਟਰ ਪਲਟਦੇ ਆ ਹੁਣ ਇਹਨੂੰ ਕਰ ਲੀਏ ਆਪਾਂ ਫਿਲ ਫਿਲ ਕਿੱਥੋਂ ਦੀ ਹੈ ਐਫ 11 ਤੋਂ ਇਹਨੂੰ ਕਰਾਂਗੇ ਆਪਾਂ ਵੀਟ ਨਾਲ ਕਰ ਲੈਨੇ ਆ ਕਿਉਂਕਿ ਡਾਇਰੈਕਟਰ ਸਾਡਾ ਥੋੜਾ ਜਿਹਾ ਮਾੜਾ ਵਾ ਥੋੜਾ ਜਿਹਾ ਉੱਠ ਗਿਆ ਕੋਈ ਪਰ ਠੀਕ ਆ ਤੇ ਗੁਰੂ ਪੇਜ ਵਾਈਟੀ ਵਧੀਆ ਵੀਰ ਤੂੰ ਦੱਸ ਘੇਰ ਪਾਲੀਏ ਪਹਿਲਾ ਮੀਡੀਅਮ ਆ ਦੇਖ ਲੋ ਪਰਫਾਰਮੈਂਸ ਇਹਦੀ ਇਹ ਨਾ ਹੋਵੇ ਬੱਚਾ ਜੇ ਮਨੇ ਟਰਾਲੀ ਨਹੀਂ ਖਿੱਚਦਾ ਹੁੱਕ ਵੀ ਇਹਦੀ ਪੂਰੀ ਵਧੀਆ ਲਾਈ ਆ ਉਹ ਦੇਖ ਲੋ ਇਹ ਲਾਹੀ ਬਾਤਾਂ ਨੂੰ ਹੋਣ ਚੁੱਕਿਆ ਗਿਆ ਤਾਂ ਜੇ ਜੇ ਮੈਂ ਬ੍ਰੇਕਾਂ ਨਹੀਂ ਬਣਾਈਆਂ ਤਾਂ ਕਰਕੇ ਉਹ ਮੈਂ ਮੋੜਿਆ ਨਹੀਂ ਟਰੈਕ ਤੇ ਇਹਦੀਆਂ ਬ੍ਰੇਕਾਂ ਨਹੀਂ ਬਣੀਆਂ ਤਾਂ ਕਰਕੇ ਥੋੜਾ ਮੈਨੂੰ ਆਰਾਮ ਨਾਲ ਚਲਾਉਣਾ ਪੈਣਾ ਇਹ ਮੈਪ ਦਾ ਮੈਨੂੰ ਵੀ ਖੁਦ ਪਤਾ ਤੇ ਇੱਥੇ ਵੀ ਤੁਹਾਨੂੰ ਐਗਜ਼ੋਸਟ ਐਕਸਟੈਂਸ਼ਨ ਮਿਲੂਗੀ ਐਫਐਸ 2019 ਵਿੱਚ ਵਰਕ ਕਰਦੀ ਐਫਐਸ 20 ਵਿੱਚ ਤੁਸੀਂ ਕਰ ਲਿਓ ਲੈ ਕੇ ਪੰਗੇ ਦੇਖ ਲਿਓ ਜੇ ਕਰਤੀ ਵਕਤ ਠੀਕ ਆ ਵੈਸੇ ਕਰਨੀ ਤਾਂ ਚਾਹੀਦੀ ਹੈ ਵਰਕ ਪਰ ਮੈਂ ਪੱਕਾ ਨਹੀਂ ਕਹ ਸਕਦਾ ਮੋੜ ਦਾ ਰਾਹ ਮੈਪ ਦਾ ਰਾਹ ਕਿੱਧਰ ਨੂੰ ਹੈ ਇੱਥੇ ਦੇਖਦੇ ਇੱਥੇ ਥੋੜਾ ਜਿਹਾ 슬ਿੱਪ ਵੱਧ ਕਰਦੇ ਟਰੈਕਟਰ ਪਰ ਨਹੀਂ ਆ ਰਵਨਾ ਖਿੱਚਣ ਦੇ ਆ ਦੇਖ ਲਓ ਮਤਲਬ ਕੋਈ ਵੀ ਆਰਕਮ ਡ੍ਰੋਪ ਨਹੀਂ ਕਰਦਾ ਆਸੇ ਮੈਂ ਟਰਾਲੀ ਚਲਾਉਣੀ ਸੀ ਪਰ ਉਹ ਮੇਰੇ ਕੋ ਹੁਣ ਟਰੱਕ ਦੇ ਬ੍ਰੇਕਾਂ ਨਹੀਂ ਬਣਾਈਆਂ ਤਾਂ ਕਰਕੇ ਹੁਣ ਮੈਨੂੰ ਬਦਲਣਾ ਪੈਣਾ ਉਹ ਕੋਈ ਗੱਲ ਨਹੀਂ ਸੁਪਰ ਸੀਟਰ ਆਪ ਲੈ ਲੈਣੇ ਆ ਇਹ ਜੀ ਡੰਗ ਸੁਪਰ ਸੀਟਰ ਬੜਾ ਚੜ ਰਿਹਾ ਕਿਹਾ ਵਰਤ ਕੇ ਨਹੀਂ ਦੇਖਿਆ ਕਦੀ ਇਹਦਾ ਰੋਟੇਟਰ ਕਰਦੇ ਆ ਟਰਾਈ ਇੱਥੇ ਦੇਖਦੇ ਕਿੰਨੇ ਚੱਕਰ ਤੋੜਦਾ ਮੈਂ ਤਰਸੋ ਯਾਰ ਹਲੇ ਮੈਂ ਵਰਕ ਕਰਨਾ ਟੈਕਸਚਰ ਕਿਦਾਂ ਬਣਾਏ ਉਹ ਚੀਜ਼ ਮੈਂ ਸਿੱਖਣਾ ਹਾਂ ਮੈਂ ਨੂੰ ਸਿੱਖ ਲੈਂਦੇ ਫੇਰ ਯਾਰ ਪ੍ਰੋਡਕਟਰ ਹੋਣੇ ਹੁਣ ਪਤਾ ਨਹੀਂ ਹੁਣ ਮੈਂ ਮੇਰਾ ਖੇਡਣ ਨਾਲ ਜ਼ਿਆਦਾ ਧਿਆਨ ਹੁਣ ਆਪਣਾ ਮਲ ਘਾਟਣਾ ਤਾਂ ਮੋੜ ਯਾਰ ਇਹਨੇ ਸਲੋ ਹੋਣ ਦੇ ਕੋਈ ਗੱਲ ਨਹੀਂ ਮੈਂ ਕਰ ਲੈਣਾ ਸਹੀ ਇਹ ਵੀ ਚੀਜ਼ ਹੈ ਮੈਨੂੰ ਆਵੜੇ ਜੀ ਪਸੰਦ ਕਿ ਮੈਂ ਖੇਡਾਂ ਜ਼ਿਆਦਾ ਤੇ ਮੋੜ ਘੱਟ ਬਣਾਵਾ ਕੋਈ ਗੱਲ ਨਹੀਂ ਮੈਂ ਬਣਾਉਂਦਾ ਉਹੀ कर दिए ठा चकर देख दावा कि वेस देती है वा पूरी में देती है में हाँ। देखो पूरी रेस देती हूं कर दे रूटा बट ਤੇ ਆ ਕਰਤਾ ਰੋਟਾ ਵੇਟਰ ਹੋਣ ਤੇ ਹੱਲੇ ਤੇ ਨਹੀਂ ਕੋਈ ਆਰਪੀਐਮ ਡ੍ਰੋਪ ਕੀਤੀ ਚੱਲਦੇ ਤੇ ਦੇਖਦੇ ਆ ਪਹਿਲਾ ਲੋ ਪਾ ਦਿੰਦੇ ਆ ਤੇ ਆ ਦੇਖ ਹੁਣ ਚੱਕਰ ਤੋੜੇ ਨੇ ਦੇਖੋ ਕਿੱਥੇ ਹੀ ਆਰਪੀਐਮ ਇੱਕ ਮਿੰਟ ਕਲੱਚ ਦੱਬ ਕੇ ਉਹ ਦੇਖੋ ਤੇ ਮੇਰੇ ਸਾਰਾ 31 3200 ਆ 3200 ਆਰਪੀਐਮ ਤੇ ਤੋੜ ਕੇ ਕਿੱਥੇ 5200 ਤੇ ਆਇਆ ਦਾ ਮਤਲਬ 700 ਚੱਕਰ ਤੋੜਨ ਡਿਆ ਵਾ ਕੋਈ ਪਹਿਲਾ ਲੋ ਇਹ 700 ਚੱਕਰ ਤੋੜਨ ਡਿਆ ਤਾਨੂੰ ਜ਼ੂਮ ਵਿੱਚ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ ਜ਼ੂਮ 22 ਵਿੱਚ ਭੜਿਆ ਮੈਂ ਆ ਤਾਂ ਹੁਣ ਰੋਟੇਟਡ ਸਪੀਡ ਜੀ ਨਹੀਂ ਮਰਜ਼ੀ ਦੇ ਸਾਨੂੰ ਚੱਕਰਾਂ ਦਾ ਮਤਲਬ ਹੈ ਚੱਕਰ ਕਿੰਨੇ ਤੋੜਨ ਡਿਆ ਤੇ ਰੋਟੇਟਰੀ ਦਾ ਉਹ ਯਾਰ ਵੀਕਲ ਕੰਟਰੋਲ ਆਟੋਨ ਮੋਡ ਪਰ ਲਓ ਫਿਰ ਚੱਲਦੇ ਆ ਗੇਅਰ ਵਾਲਾ ਮੋਡ ਵੀਹਕਲ ਕੰਟਰੋਲ ਐਡਨ ਕਿਤੋਂ ਵੀ ਮਿਲ ਜਾਊਗਾ ਨਹੀਂ ਤਾਂ ਸੱਚ ਮੈਂ ਵੀ ਇੱਕ ਵੀਡੀਓ ਚ ਲਿੰਕ ਦਿੱਤਾ ਉਹ ਤੇ ਨਹੀਂ ਹੁਣ ਚੇਤਾ ਨਹੀਂ ਮੈਂ ਕਿਹੜੀ ਵੀਡੀਓ ਚ ਲਿੰਕ ਦਿੱਤਾ ਮੈਂ ਭੇਜਦਾ ਜਿਹੜੀ ਵੀਡੀਓ ਚ ਮੈਂ ਲਿੰਕ ਦਿੱਤਾ ਵੀਹਕਲ ਕੰਟਰੋਲ ਐਡਨ ਮੋਡ ਦਾ ਹੁਣ ਕੋਈ ਚੱਕਰ ਨਹੀਂ ਡ੍ਰੌਪ ਕਰਨ ੜਿਆ ਏ आठ दिता है मैं लिंक आ वीडियो मैं लिंक दिता वीका कंट्रोल एड करते ਅਸੇ ਸਕੇਦਾ ਹਣਾ ਜੀ ਇਹ ਯਾਰ ਇਹ ਜਿਹੜਾ ਕੰਟਰੋਲਸ ਵਾਲਾ ਹੁੰਦਾ ਨਾ ਜਿਹੜਾ ESC ਦਾ ਆਪਕੇ ਤੇ ਦੇਖੀਦਾ ਕੰਟਰੋਲਸ ਉਹ ਚ ਤੁਹਾਨੂੰ ਪਤਾ ਲੱਗ ਜਾਊਗਾ ਕਿਹੜਾ ਕਿਹੜਾ ਗੇਅਰ ਕਿਦਾਂ ਪੈਣਾ ਮਤਲਬ ਵੈਸੇ ਜਿਹੜਾ P ਦੇ ਨਾਲ ਬ੍ਰੈਕਟ ਹੁੰਦੀ ਹੈ ਨਾ ਉਹਦੇ ਨਾਲ ਪਲੱਸ ਗੇਅਰ ਵੱਡਾ ਪੈਂਦਾ ਵਾ ਜਿਹੜੀ ਉਹਦੇ ਨਾਲ ਵਾਲੀ ਹੁੰਦੀ ਉਥੋਂ ਗਰੁੱਪ ਚੇਂਜ ਹੁੰਦਾ ਹਾਈ ਲੋ ਮੀਡੀਅਮ ਤੇ ਉਹਦੇ ਨਾਲ ਜਿਹੜੀ ਸਲੈਸ਼ ਹੋਊਗੀ ਉਤੋਂ ਤਾਂ ਮਤਲਬ ਉਤੋਂ ਵੀ ਗਰੁੱਪ ਚੇਂਜ ਹੁੰਦਾ ਪਰ ਇੱਕ ਨਾਲ ਵਧੇ ਇੱਕ ਨਾਲ ਘਟਦੇ ਆ ਤੇ ਜਿਹੜਾ ਪਹਿਲੀ ਬ੍ਰੈਕਟ ਦੇ ਥੱਲੇ ਕੋਮਾ ਹੋਊਗਾ ਉਤੋਂ ਗੇਅਰ ਛੋਟਾ ਹੁੰਦਾ ਹੁਣ ਚਲੋ ਮੈਂ ਪਾਉਂਦਾ ਇਹਦਾ ਪਹਿਲਾ ਮੀਡੀਅਮ ਤੇ ਹੁਣ ਦੇਖਦੇ ਕਿਨੇ ਚੱਕਰ ਤੋੜਨ ਦੇ ਆ ਕੋਈ ਚੱਕਰ ਨਹੀਂ ਤੋੜਿਆ ਓਨੇ ਹੀ ਆ 2500 ਤੇ ਹੀ ਆ ਤੇ ਹੁਣ ਆਪਾਂ ਚੈੱਕ ਕਰਾਂਗੇ ਉੱਤੇ ਸੁਪਰ ਸੀਡਰ ਤੇ ਕਿਉਂਕਿ ਉਹ بڑے ਚੱਕਰ ਉਹ ਇਹ ਕੀ ਕਰਦਾ ਬڑے ਚੱਕਰ ਤੋੜਦਾ ਦੇਣਾ ਡਾਇਰੈਕਟਰ ਕ ਆ ਗਿਆ ਆਪਣਾ ਸੁਪਰਸੀਡਰ ਤੇ ਨਾਲ ਲੈ ਲੈਂਦੇ ਆਪਾਂ ਸੀਡ ਮੋਹੋ ਮੇਂ ਡਰਾਈਵਰੀ ਬੜੀ ਖਰਾਬ ਹੋ ਗਈ ਹੁਣ ਇਹ ਕਿ ਆ ਚੁੱਕਿਆ ਨਹੀਂ ਠੀਕ ਹੀ ਰਿਹਾ ਅੱਜ ਦਾ ਪੂਰਾ ਐਮ ਪ੍ਰੋਪਰ ਬੈਲੈਂਸ ਜਮਣ ਰਿਹਾ ਚਲੋ ਕੋਈ ਗੱਲ ਨਹੀਂ ਇੱਕ ੜਕ ਕਮਾ ਕੇ ਦਿਖਾ ਦਿੰਦਾ ਮੈਂ ਤਾਂ ਦੇ ਦੇ ਬ੍ਰੇਕ ਨਹੀਂ ਮੈਂ ਬਣਾਇਆ ਮੈਨੂੰ ਚੇਤਾ ਪਹੁੰਚਦਾ ਕਿਉਂਕਿ ਮੇਰਾ ਟਰੈਕਟਰ ਕੋਈ ਬ੍ਰੇਕਾਂਜ਼ ਬਿਨਾਂ ਨਹੀਂ ਹੁੰਦਾ ਹੁਣ ਫਿਰ ਆਪਾਂ ਕਰ ਦਿੰਦੇ ਲਿਫਟ ਥੱਲੇ ਤੇ ਰੇਸ ਦੇ ਜੀਏ ਪੂਰੀ ਪਹਿਲਾ ਲੋਕ ਦੇਖੋ 3200 RPM ਤੇ ਕਰ ਦਈਏ ਸੁਪਰ ਸ਼ਿਫਟਰ ਔਨ ਕਰਤਾ ਆਵਾਜ਼ ਫਲਕ ਪੈ ਗਿਆ ਤੇ ਹੁਣ ਛੱਡਾਂਗੇ ਕਲਚ ਤਾਂ ਆ ਦੇਖੋ ਛੱਡਤਾ ਤੇ ਇਹ ਚ ਇਹਨੇ ਕੀਤੇ ਜੇ ਏ 2300 ਚੱਕਰਾਂ ਤੇ ਆ ਗਿਆ ਇਹ ਚ ਸੁਪਰ ਸੀਡਰ ਤੇ 2300 ਚੱਕਰ ਆ ਦੇਖੋ ਸਲਿੱਪ ਕੰਟੈਂਟ ਹੈ ਪਿਆ ਪੂਰੀ ਲਿਫਟ ਤਾਂ ਸੁੱਟਿਆ ਨਹੀਂ ਗੱਲ ਬਣਦੀ ਪਹਿਲਾ ਲੋ ਤੇ ਚੱਕਰ ਜਿਆਦਾ ਡਰੋਪ ਕਰਨ ਦੇ 2300 ਚੱਕਰਾਂ ਤੇ ਆਈ ਥਿੰਕ ਚੱਲਣ ਨੇ 2300 ਤੇ ਨਹੀਂ 24 72300 ਦੇ ਚੱਕਰਾਂ ਦੇ ਚੱਲਦਾ ਪਿਆ ਪਹਿਲਾ ਲੋ ਹੁਣ ਆਪਾਂ ਵੱਡਾ ਗियर ਪਾ ਦਨੇ ਆ ਪਹਿਲਾ ਮੀਡੀਅਮ ਪਹਿਲੇ ਮੀਡੀਅਮ ਤੇ ਦਾਹ ਕੇ ਚੱਕਰ ਹੋਰ ਤੋੜਦੇ ਨੇ ਮਤਲਬ ਦਾਹਣੀ ਵਾਧੇ ਤੋਰੇ 50 ਸਿਰ ਚੱਕਰ ਹੋਰ ਤੋੜਦੇ ਨੇ ਪਹਿਲਾ ਹਾਈ ਵਾਖ ਦੇਖ ਪਹਿਲੇ ਹਾਈ ਜਦਾ ਚੱਕਰ ਤੋੜਦਾ ਦੇਖੋ 20 ਤੇ ਆ ਜਾਂਦਾ ਵਾ ਉਹ ਦੇਖੋ ਮਤਲਬ ਸਟੇਬਲ ਨਹੀਂ ਰਹਿੰਦਾ RPM ਵੈਸੇ ਸੂਪਰ ਸੀਟਰਰ ਪਹਿਲੇ ਹੱਜ ਚਲਾਇ ਦਾਨੀ ਆ ਪਰ ਇਹ ਗੇਮ ਆ ਚਲੋ ਤੁਸੀਂ ਵੀ ਚਲਾਉਂਦੇ ਮੈਂ ਵੀ ਚਲਾ ਦਤਾ ਵੈਸੇ ਕੋਈ ਮਤਲਬ ਨਹੀਂ ਸੂਪਰ ਸੀਟਰਰ ਨੂੰ ਪਹਿਲੇ ਹੱਜ ਹਾ ਤੇ ਪਹਿਲਾ ਮੀਡੀਅਮ ਦੇਖੋ ਪਹਿਲਾ ਮੀਡੀਅਮ ਚ ਪਾ ਦਤਾ ਤੇ 2400 ਚੱਕਰਾਂ ਤੇ ਆ ਜਾਂਦਾ ਵਾ 23 2400 ਚੱਕਰਾਂ ਤੇ ਜੇ ਕੋਈ ਚਾਹੁੰਦਾ ਨਵਾਂ ਆ ਹੋਊ ਕਿ ਤੇ ਸਬਸਕ੍ਰਾਈਬ ਕਰ ਲੇ ਤੇ ਆ ਦੋਵੇਂ ਚੀਜ਼ਾਂ ਦਾ ਲਿੰਕ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਅਸਟਾਈਨ ਦੇ ਸਾਹਮਣੇ ਦਿਖਾਣੀਆਂ ਆ ਸੂਪਰ ਸੀਟਰਰ ਸਕਾਟ ਸਵਰਾਜ ਹੱਲਾ ਸਾਰਾ ਤੇ ਲਿੰਕ ਮੇਰੇ ਚੈਨਲ ਤੇ ਅਵੇਲੇਬਲ ਆ ਕਲੋਏ ਦੀ ਪਰਫਾਰਮੈਂਸ ਸੁਪਰਸੀਡਰ ਤੇ ਬਸ 터ਬੋ ਲੱਗਣ ਨਾਲ ਫਰਕ ਪੈ ਗਿਆ ਤਾਂ ਸ਼ੋਅ ਖੋਲਦਾ ਜੀ ਨਾ ਪੱਤਲੇ ਉਹਨਾਂ ਨੇ ਸ਼ੋਅ ਖੋਲ ਕੇ ਧੂਆਂ ਦਿਖਾਉਂਦਾ ਸਟਾਰਟਿੰਗ ਚ ਬਾਅਦ ਚ ਨਹੀਂ ਹੱਲਾ ਦੇ ਦਿਖਾਉਂਦਾ ਜਿਆਦਾ ਧੂਆਂ ਬਾਕੀ ਨਹੀਂ ਜੋ ਜਿਲੋ ਪਲਾਜ਼ ਨੇ ਸੁਪਰ ਸੀਡਰ ਵੀ ਸਵਰਾਜ ਜੀ ਵੀ ਦੇਖਦੇ ਆ ਉਹ ਕਿਨੇ ਚੱਕਰ ਤੋੜਦਾ ਵਾ ਦੇਖ ਲਓ ਜਦੋਂ ਪਿੱਛੋਂ ਲਾਤ ਆ ਉਸੇ ਨੇ ਧੂਆਂ ਦਿਖਾਦਾ ਵਾ ਪੂਰੇ ਚੱਕਰ ਫਰਲੇ ਆਪਣੇ ਇੰਨੇ ਤਨੇ ਚੱਕਰ ਤੋੜਨੇ ਵੇਸੇ ਕਿਉਂਕਿ ਇਹਦੇ ਵੀ ਟਰਬੋ ਲੱਗੀ ਹੋਈ ਐ ਤੇ ਟਰਬੋ ਸੇਮ ਲੱਗੀ ਦੋਵਾਂ ਤੇ 5 ਨੰਬਰ ਵਾਲੀ ਇੱਕ ਇਹ ਹੈ ਟਰੈਕਟਰ ਦੇ ਦਾ ਲਾਉਣੀ ਮੈਂ 68 ਨੰਬਰ ਵੀ ਲਾਵਾਂਗੇ ਇਹਦੇ ਤੇ 75 ਵਾਲੇ ਤੇ ਲਾਵਾਂਗੇ ਕਿਤੇ ਇਹਦਾ ਵੀ ਪਹਿਲਾ ਹੈ ਹੀ ਪਾਸਤਾ ਆਪਾਂ ਤਾਂ ਆ ਦੇਖੋ ਪੂਰੀ RPM ਦੇ ਇੱਥੇ ਆਪਾਂ ਆ ਦੇਖੋ ਕਿੰਨੇ ਚੱਕੜ ਇਹਦੇ 4000 ਪਲੱਸ ਆ 4000 ਆ 2400 ਤੇ ਇਹ ਦੇਖ ਲਓ 45 ਹਲਮੋਸਟ ਚੱਕੜ ਆ ਹੁਣ ਕੱਢਦੇ ਆਪਾਂ ਸੁਪਰ ਸੀਡਰ ਆਨ ਆਹ ਦੇਖੋ ਵਾਇਬ ਬਦਲ ਗਈ ਸੁਪਰ ਸੀਡਰ ਆਨ ਕਰਦੇ ਹੁਣ ਆਪਾਂ ਠਾਂ ਸਟਾ ਸੁਪਰ ਸੀਡਰ ਤੇ ਤੋੜਾਂ ਕਿ ਹੁਣ ਅੱਗੇ ਨੂੰ ਆ ਆਹ ਦੇਖੋ ਕਿੱਥੇ ਚੱਕਰ ਕਰਤੇ ਮਤਲਬ ਕਿ 2500 RPM ਤੇ ਆ ਗਿਆ 4000 ਤੋਂ ਤੁਹਾਨੂੰ ਨਹੀਂ ਦਿਖਾਇਆ ਹਲੇ ਦਿਖਾਊਗਾ ਇੱਕ ਗੇਅਰ ਵੱਡਾ ਕਰਤਾ ਫਿਰ ਦਿਖਾਉਂਦਾ ਐਕਚੁਅਲੀ ਨਹੀਂ ਯਾਨੀ ਆਈ ਥਿੰਕ ਮੈਂ ਬ੍ਰੇਕਾਂ ਬਣਾ ਜਾਣੀ ਇਹ ਸਲਿੱਪ ਕੱਢਣ ਲਿਆ ਵਾ ਇੱਕ ਮਿੰਟ ਇਹ ਵੇਖਿਆ ਰਸਤੇ ਇਹ ਦੁਲਵਤਾਂ ਮਨ ਲਾਇੀ ਦੀ ਪਰਫਾਰਮੈਂਸ ਨਹੀਂ ਸਹੀ ਆਈ ਬਹੁਤ ਜ਼ਿਆਦਾ ਚੱਕਰ ਤੋੜੇ ਨੇ ਕਿਉਂਕਿ ਉਹ ਸਿਰਫ ਤੋੜਨੇ 700 800 ਚੱਕਰ ਇਹਨੇ ਇਕੱਠੇ ਤੋੜੇ ਘੱਟੋ ਘਾਟ 1500 ਚੱਕਰ ਇਹਨੇ ਤੋੜਦਾ ਨਹੀਂ ਟਰੈਕਟਰ ਅਸਲ ਤੇ ਤੋੜੇ ਤੇ ਬੰਦੋ ਹੀ ਦਾ 1500 ਚੱਕਰ ਤੋੜੇ ਕੋ ਟਰੈਕਟਰ ਪਰ ਫਿਰ ਵੀ 4000 ਰੁਪਇਆ ਮੈਂ ਤੇ ਇਹ ਆ ਗਿਆ 5000 5 2600 ਦੇ ਚੱਲਣ ਦਾ ਇਸ ਤੇ ਹੁਣ ਇੱਥੇ ਵਹੁਣਾਂ ਨੇ ਇਹਨੇ ਵਹੁਣਾ ਹੀ ਉੱਥੇ ਆ ਦੇਖ ਲਓ ਇੱਥੇ ਆਣ ਕੇ ਸਨਿੱਪਿੰਗ ਆਉਂਦਾ ਪਈ ਜੀ ਆਪਾਂ ਛੱਡ ਦਿੰਦੇ ਇਹਨੂੰ ਹੁਣ ਆਪਾਂ ਕੋਈ ਹੋਰ ਟਰੱਕਰ ਟੈਸਟ ਕਰਦੇ ਆਂ ਵੀਰ ਆਪਣੇ ਸਾਰੇ ਟਰੱਕਰ ਮੀਡੀਅਮ ਟਰੱਕਰ ਚੋਂ ਤੇ ਜੇ ਕੋਈ ਇਹਨੂੰ ਜੇ ਕੋਈ ਨਾਂ ਲੱਭਦੇ ਹੋਣ ਤੇ ਦੇਖ ਲਿਓ ਲਿੰਕ ਸਾਰੇ ਮੋਰਸ ਦਾ ਅਵੇਲੇਬਲ ਆ ਯਾਰ ਜਿੰਨੇ ਵੀ ਸਾਹਮਣੇ ਇਸ ਟਾਈਮ ਵਰਕ ਆਂਦੇ ਆ ਮੇਰੀ ਗੇਮ ਬੰਦ ਹੋ ਗਈ ਸੱਚੋ ਮੋਡ ਖਰਾਬ ਹੀ ਤਾਂ ਕਰਕੇ ਮੇਰੀ ਗੇਮ ਬੰਦ ਹੋ ਗਈ ਮੈਨੂੰ ਚੇਤਾ ਨਹੀਂ ਟਾਈਗਰ ਦਾ ਮੋਡ ਅਸਲ 'ਚ ਮੈਂ ਖਰਾਬ ਕਰ ਕਰ ਲਿਆ ਸੀ ਇੱਕ ਦਿਨ ਤੇ ਚਲੋ ਹੁਣ ਖਤਮ ਕਰਦੇ ਆ ਇਥੇ ਲਾਈਵ ਕਿਉਂਕਿ ਮੈਂ ਲਈ ਹੁਣ ਪੱਠੇ ਤੇ ਲਿੰਕ ਤੁਹਾਨੂੰ ਕਮੈਂਟਾਂ 'ਚ ਪਿੰਡ ਮਿਲ ਗਿਆ ਵਾ ਲਾਈਵ ਚੈਟ ਤੇ ਮੈਂ ਦੂਜੇ ਕਮੈਂਟਸ 'ਚ ਵੀ ਪਿੰਨ ਕਰ ਦੇਣਾ ਨਾਲ ਥੰਬਨੇਲ ਚੇਂਜ ਕਰ ਦੇਣਾ ਕਿ ਤੁਹਾਨੂੰ ਪਤਾ ਲੱਗ ਜੇ ਕਿ ਦਾ ਸਕਾਰਡ ਦਾ ਲਿੰਕ ਮਿਲ ਗਿਆ ਵਾ ਕਿਉਂਕਿ ਮੈਨੂੰ ਉਹ ਲਾਈਵ ਤੇ থাম্বਨੇਲ ਲਾਉਣਾ ਹੁੰਦਾ ਨਹੀਂ ਨਹੀਂ ਮੈਨੂੰ ਹੁੰਦਾ ਇੱਥੇ ਲੱਗਦਾ ਨਹੀਂ ਪਤਾ ਨਹੀਂ ਕਿਉਂ ਚਲੋ ਅੱਜ ਦੇ ਲਾਈਵ ਚ ਇੰਨਾ ਹੀ ਥੈਂਕ ਯੂ ਬਾਏ